ਨਸ਼ੇ ਦੀ ਓਵਰਡੋਜ਼ ਕਾਰਨ ਹੁਣ ਇੱਕ ਹੋਰ ਮਾਪਿਆਂ ਦਾ ਕਮਾਊ ਪੁੱਤ ਇਸ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ। ਜਦੋਂ ਨੌਜਵਾਨ ਨੇ ਓਵਰਡੋਜ਼ ਲੈ ਲਈ ਅਤੇ 30 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਉੱਥੇ ਪਿੰਡ ਵਾਸੀਆਂ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਰਾਸ਼ਨ ਦੇ ਨਾਲੋਂ ਜ਼ਿਆਦਾ ਨਸ਼ਾ ਵਿਕ ਰਿਹਾ ਹੈ। ਇਹ ਘਟਨਾ ਫਰੀਦਕੋਟ ਦੇ ਪਿੰਡ ਡੱਲੇਵਾਲ ਤੋਂ ਸਾਹਮਣੇ ਆਈ ਹੈ, ਜਿੱਥੇ 30 ਸਾਲ ਦੇ ਨੌਜਵਾਨ ਪ੍ਰਿਤਪਾਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ, ਜਿਸਦਾ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦਾ ਲੜਕਾ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਤੇ ਜਦੋਂ ਸ਼ਾਮ ਵੇਲੇ ਘਰ ਵਾਪਸ ਆਇਆ ਤਾਂ ਪਿੰਡ ਦੇ ਹੀ ਦੋ ਮੁੰਡਿਆਂ ਦੇ ਵੱਲੋਂ ਉਸ ਨੂੰ ਨਸ਼ੇ ਦਾ ਟੀਕਾ ਫੜਾਇਆ ਗਿਆ, ਜਿਸ ਨੂੰ ਲਗਾਉਣ ਤੋਂ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਪਿੰਡ ਦੇ ਹੀ ਕੁਝ ਲੋਕ ਸ਼ਰੇਆਮ ਨਸ਼ਾ ਵੇਚਦੇ ਨੇ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਜੇਕਰ ਇਹਨਾਂ ਨੂੰ ਫੜਿਆ ਵੀ ਜਾਂਦਾ ਹੈ ਤਾਂ ਕੁਝ ਹੀ ਦੇਰ ਦੇ ਵਿੱਚ ਇਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇੱਕ ਟਾਈਮ ਪਿੰਡ ਦੇ ਵਿੱਚ ਉਨਾ ਆਟਾ ਨਹੀਂ ਜਿੰਨਾ ਨਸ਼ਾ ਪਿੰਡ ਦੇ ਵਿੱਚ ਆਮ ਵਿਕਦਾ ਹੈ। ਉਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਭਾਵੇਂ ਕਿ ਪੁਲਿਸ ਕੈਂਪ ਲਗਾ ਕੇ ਨਸ਼ਾ ਖਿਲਾਫ ਜਾਗਰੂਕ ਕਰਨ ਦੇ ਦਾਅਵੇ ਕਰਦੀ ਹੈ ਪਰ ਇਸਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਮਾਪਿਆਂ ਦੇ ਜਵਾਨ ਪੁੱਤ ਇਸ ਦੁਨੀਆ ਨੂੰ ਅਲਵਿਦਾ ਆਖ ਰਹੇ ਨੇ ਅਤੇ ਘਰਾਂ ਦੇ ਵਿੱਚ ਮਾਤਮ ਪਸਰ ਰਹੇ ਨੇ। ਕੀ ਨਾਂ ਜੀ ਆਪਣਾ? ਮੇਰਾ ਨਾਂ ਜੀ ਹਰਬੀਰ ਸਿੰਘ, ਸਾਬਕਾ ਮੈਂਬਰ ਪੰਚਾਇਤ। ਸਾਡਾ ਜੀ ਮੁੰਡਾ ਘਰੇ ਸੀਗਾ, ਪੈਟਰੋਲ ਪੰਪ ਤੇ ਕੰਮ ਕਰਦਾ ਜੀ ਤੇ ਉਹ ਘਰੇ ਆ ਗਿਆ। ਘਰੇ ਆਇਆ ਤਾਂ ਜਿਹੜਾ ਭੱਲਾ ਤੇ ਇਹ ਹੈਗਾ ਕੁਲਵੀਰ ਸਿੰਘ, ਇਹ ਉਹਦਾ ਨਾਂ ਮਨਪ੍ਰੀਤ ਭੱਲਾ ਤੇ ਉਹਦਾ ਨਾਂ ਕੁਲਵੀਰ ਸਿੰਘ ਹੈ। ਇਹਨਾਂ ਨੇ ਸਾਡੇ ਘਰੇ ਮੁੰਡੇ ਨੂੰ ਆ ਕੇ ਉਹ ਸਰਿੰਜ ਦਿੱਤੀ ਟੀਕਾ, ਉਹ ਜਦੋਂ ਟੀਕਾ ਲਾਉਂਦਾ ਗਿਆ ਤੇ ਉਹਦੀ ਮੌਤ ਹੋ ਗਈ। ਮੇਰੀ ਇਹ ਮੰਗ ਆ ਜੀ, ਇਹਨਾਂ ਨੂੰ ਮਤਲਬ ਜਿਹੜਾ ਇਹਨਾਂ ਦਾ ਮਾਸਟਰ ਮਾਇੰਡ ਆ ਜਿਹੜੇ ਚਿੱਟਾ ਲਿਆ ਕੇ ਪਿੰਡ 'ਚ ਵੇਚਦੇ ਆ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਆਪਣਾ ਕਿੱਲਾ, ਤੁਹਾਡਾ ਕਿੱਲਾ ਦੱਸੋ। ਮੇਰਾ ਹੀ ਭਤੀਜਾ, ਸਕਾ ਭਤੀਜਾ, ਉਹ ਮੇਰਾ ਭਰਾ ਖੜਾ, ਉਹਦਾ ਮੁੰਡਾ। ਕੀ ਨਾਂ ਜੀ ਆਪਣਾ? ਸਾਹਿਬ ਸਿੰਘ। ਕੀ ਗੱਲ ਹੋਈ ਇਹ ਪੰਪ 'ਤੇ ਲੱਗਿਆ ਸੀਗਾ ਜੀ, ਜਦੋਂ ਘਰ ਆਇਆ ਤਾਂ ਉਹ ਨਸ਼ਾ ਦੇਣ ਆ ਗਈ, ਨਸ਼ਾ ਟੀਕਾ ਲਾਉਂਦਾ ਗਿਆ ਅਤੇ ਨਾਲ ਹੀ ਮੌਤ ਹੋ ਗਈ। ਕਿੰਨਾ ਮੁੰਡਾ ਸੀ? ਹਾਂਜੀ 21 ਸੀ, ਇਹ ਗੁੱਡੀ ਹੈ ਜੀ। ਨਸ਼ਾ ਕਿੰਨਾ ਕੁ ਪਿੰਡ ਦੀ ਗੱਲ ਕਰੀ? ਨਸ਼ਾ ਤਾਂ ਬਹੁਤ ਹੈ ਜੀ, ਉਹਨਾਂ ਆਟਾ ਨਹੀਂ ਜਿੰਨਾ ਨਸ਼ਾ। ਪੁਲਿਸ ਕਾਰਵਾਈ ਕਰ ਰਹੀ ਕੁਛ ਕਿ ਨਹੀਂ ਕਰ ਰਹੀ? ਉਹ ਕਰਦੀ ਹੈ ਜੀ, ਛੱਡ ਛੁੱਟ ਦਿੰਦੇ ਆ। ਮੇਨ ਬੰਦੇ ਫੜੇ ਜਾਂਦੇ? ਹਾਂਜੀ, ਮੇਨ ਮਾਸਟਰ ਨਹੀਂ ਨਾ ਫੜੇ ਜਾਂਦੇ। ਮੈਂ ਸੁਖਦੀਪ ਸਿੰਘ ਜੀ, ਪਿੰਡ ਘਗੈਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਗਰੁੱਪ ਦਾ ਬਲਾਕ ਦਾ ਆਗੂ ਹਾਂ। ਇੱਥੇ ਜੀ ਇੱਕ ਪਿੰਡ ਡੱਲੇਵਾਲ ਦੀ ਘਟਨਾ ਹੈ, ਵੀ ਮੁੰਡਾ 30 ਸਾਲ ਦੀ ਉਮਰ ਦਾ ਸੀਗਾ ਜਿਹੜਾ ਚਿੱਟੇ ਦੀ ਡੋਚ ਨਾਲ ਮਰ ਗਿਆ, ਕਿਉਂਕਿ ਚਿੱਟਾ ਵੇਚਣ ਵਾਲੇ ਇਹਨਾਂ ਦੇ ਪਿੰਡ ਦੇ ਹੀ ਆ, ਕੁਲਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਭੱਲਾ, ਉਹੀ ਵੇਚਦੇ ਆ ਜੀ। ਹਾਂਜੀ ਹਾਂਜੀ। ਨਹੀਂ, ਨਸ਼ਾ ਕੋਈ ਖਤਮ ਨਹੀਂ ਹੋ ਰਿਹਾ। ਇੱਕ ਮੌਕੇ ਦੁਕਾਨਾਂ ਤੋਂ ਸੌਦਾ ਘੱਟ ਜੂਗਾ, ਪਰ ਨਸ਼ਾ ਕਿੱਥੋਂ ਮਰਜ਼ੀ ਲੈ ਲਾ, ਇੰਨਾ ਕੁ ਨਸ਼ਾ ਹੋ ਗਿਆ। ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਨਾਕਾਮ ਹੋ ਚੁੱਕੀ ਆ, ਕਿਉਂਕਿ ਚਿੱਟਿਆਂ ਨਸ਼ੇ ਦੇ ਮੁੱਦੇ 'ਤੇ ਹੀ ਅੱਗੇ ਆਈ ਸੀ, ਨਸ਼ੇ ਦੇ ਮੁੱਦੇ ਨੇ ਇਹ ਫੇਲ ਕਰਤੀ ਆ। ਵੀ ਜੇ ਅਸੀਂ ਕਹਿ ਦਈਏ ਵੀ ਇੰਨਾ ਕੁ ਹੁਣ ਨਸ਼ਾ, ਇਹ ਨਹੀਂ ਵੀ ਇਕੱਲੇ ਡੱਲੇਵਾਲ 'ਚ ਆ, ਜਿਹੜੇ ਪਿੰਡ ਮਰਜ਼ੀ ਜਾਓ, ਕਿਹੜੀ ਗਲੀ ਮਰਜ਼ੀ ਲੰਘ ਜਾਓ, ਕਿਹੜੇ ਰਾਹ ਮਰਜ਼ੀ ਪੈ ਜਾਓ, ਨਹਿਰ ਕੱਸੀਆਂ ਦੇ ਤੁਸੀਂ ਆਉਣੇ ਵੀ ਜਿੱਥੇ ਕੱਸੀਆਂ 'ਤੇ ਨਲਕੇ ਲੱਗੇ ਆ, ਉੱਥੇ ਵੀ ਹੁਣ ਆਮ ਸ਼ਰੇਆਮ ਨਸ਼ਾ ਵਿਕੀ ਜਾਂਦਾ। ਉਸ ਦਾਅਵੇ ਕਰਦੀ ਵੀ ਕੈਂਪ ਲਗਾਏ ਜਾ ਰਹੇ, ਸਮਝਾਇਆ ਜਾ ਰਿਹਾ, ਕਾਮਯਾਬ ਨਹੀਂ ਹੋ ਰਿਹਾ ਕੰਮ? ਨਹੀਂ,
ਕਿੱਥੇ ਕੈਂਪ ਲੱਗਾ ਜੀ, ਦੱਸਣ ਵੀ ਹਾਂ ਕੈਂਪ ਲਾਇਆ ਵੀ ਇੱਥੇ ਨਸ਼ਾ ਮੁਕਤ ਹੋ ਗਿਆ। ਪਰ ਅਸੀਂ ਆਉਣੇ ਹਾਂ ਵੀ ਜੇ ਇਹ ਕੈਂਪ ਲਾਉਂਦੇ ਆ ਵੀ ਜਿਹੜੇ ਬੱਚੇ ਆ ਬੇਰੁਜ਼ਗਾਰ, ਉਹਨਾਂ ਨੂੰ ਰੁਜ਼ਗਾਰ ਮਿਲੇ ਅਤੇ ਆਪੇ ਇਹ ਨਸ਼ਾ ਘਟਦਾ। ਨਾ ਮਾਸਟਰ ਮਾਈਂਡ ਨਹੀਂ ਫੜਿਆ ਜਾਂਦਾ, ਜਿਹੜਾ 100-200 ਵਾਲਾ ਵੇਚਦਾ ਉਹ ਫੜਿਆ ਜਾਂਦਾ, ਜਿਹੜਾ ਮਗਰਲਾ ਮਾਸਟਰ। ਹੁਣ ਜਿਵੇਂ ਇਹਨਾਂ ਨੇ ਪਿੰਡ ਵਾਲਾ ਕੁਲਵੀਰ ਆ ਅਤੇ ਮਨਪ੍ਰੀਤ ਮੰਨਾ ਇਹ ਫੜੇ ਗਏ ਆ, ਪਰ ਜਿਹੜਾ ਇਹਨਾਂ ਦੇ ਮਗਰ ਮਾਸਟਰ ਮਾਈਂਡ ਕਿੱਥੋਂ ਆਉਂਦਾ ਉਹਨੂੰ ਚੱਕਣਗੇ ਤਾਂ ਅਸੀਂ ਕਹਾਂਗੇ ਹਾਂ ਵੀ ਇਹਨਾਂ ਨੇ ਨਸ਼ਾ ਅਤੇ ਕੁਛ ਨਾ ਕੁਛ ਕੀਤਾ।